ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਯਮ ਤੜਕਾ ਪੰਜਾਬੀ ਕੁਕਿੰਗ ਦੇ ਵਿੱਚ। ਅੱਜ ਬਣਾਵਾਂਗੇ ਆਪਾਂ ਆਲੂ ਸ਼ਿਮਲਾ ਮਿਰਚ ਦੀ ਬਹੁਤ ਜ਼ਰਾ ਟੇਸਟੀ ਅਤੇ ਚਟਪਟੀ ਸਬਜ਼ੀ। ਇਹ ਸਬਜ਼ੀ ਬਹੁਤ ਜ਼ਰਾ ਟੇਸਟੀ ਬਣਦੀ ਹੈ। ਜੇ ਤੁਸੀਂ ਇੱਕ ਵਾਰੀ ਮੇਰੇ ਤਰੀਕੇ ਨਾਲ ਇਹ ਸਬਜ਼ੀ ਬਣਾ ਲਈ ਤਾਂ ਹਮੇਸ਼ਾ ਇਸੇ ਤਰ੍ਹਾਂ ਹੀ ਬਣਾਓਗੇ। ਇੰਨੀ ਜ਼ਰਾ ਟੇਸਟੀ ਇਹ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ। ਅਤੇ ਤੁਹਾਡੇ ਘਰ ਵਿੱਚ ਜੇ ਕੋਈ ਸ਼ਿਮਲਾ ਮਿਰਚ ਨਹੀਂ ਖਾਂਦਾ ਤਾਂ ਉਹ ਵੀ ਮੰਗ ਮੰਗ ਕੇ ਖਾਣਗੇ। ਇੰਨੀ ਜ਼ਰਾ ਟੇਸਟੀ ਇਹ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ। ਜੇਕਰ ਤੁਸੀਂ ਪਹਿਲੀ ਵਾਰੀ ਮੇਰੇ ਚੈਨਲ 'ਤੇ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਯਮ ਤੜਕਾ ਪੰਜਾਬੀ ਕੁਕਿੰਗ ਨੂੰ ਜੋ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਬੈਲ ਆਈਕਨ ਜੋ ਪ੍ਰੈਸ ਕਰੋ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ। ਅਤੇ ਆਓ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ। ਅਤੇ ਸਬਜ਼ੀ ਬਣਾਉਣ ਵਾਸਤੇ ਇੱਥੇ ਮੈਂ ਸ਼ਿਮਲਾ ਮਿਰਚ ਆਲੂ ਪਹਿਲਾਂ ਤੋਂ ਹੀ ਕੱਟ ਕੇ ਰੱਖੇ ਹੋਏ ਹਨ। ਇੱਥੇ ਮੈਂ 5 ਤੋਂ 6 ਸ਼ਿਮਲਾ ਮਿਰਚਾਂ ਲਈਆਂ ਹਨ। ਸ਼ਿਮਲਾ ਮਿਰਚਾਂ ਨੂੰ ਮੈਂ ਇਸ ਤਰੀਕੇ ਨਾਲ ਲੰਬਾ ਲੰਬਾ ਕੱਟ ਲਿਆ ਹੈ। ਸ਼ਿਮਲਾ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਕੱਟ ਸਕਦੇ ਹੋ। ਅਤੇ 3 ਮੀਡੀਅਮ ਸਾਈਜ਼ ਦੇ ਆਲੂ ਲਏ ਹਨ। ਆਲੂ ਵੀ ਆਪਾਂ ਇਸ ਤਰੀਕੇ ਨਾਲ ਲੰਬੇ ਲੰਬੇ ਕੱਟ ਕੇ ਰੱਖ ਲਏ ਹਨ। ਅਤੇ ਆਲੂ ਆਪਾਂ ਥੋੜ੍ਹੇ ਇਸ ਤਰੀਕੇ ਨਾਲ ਪਤਲੇ ਹੀ ਕੱਟ ਕੇ ਤਿਆਰ ਕਰਾਂਗੇ। ਆਲੂ ਪਹਿਲਾਂ ਮੈਂ ਕੱਟ ਕੇ ਪਾਣੀ ਵਿੱਚ ਪਾ ਦਿੱਤੇ ਸੀਗੇ ਅਤੇ ਹੁਣ ਮੈਂ ਪਾਣੀ ਵਿੱਚ ਕੱਢ ਕੇ ਆਲੂ ਪਲੇਟ ਵਿੱਚ ਰੱਖ ਦਿੱਤੇ ਹਨ। ਇੱਧਰ ਗੈਸ ਉੱਪਰ ਮੈਂ ਕੜਾਹੀ ਰੱਖੀ ਹੈ। ਇਹਦੇ ਵਿੱਚ ਮੈਂ 4 ਤੋਂ 5 ਵੱਡੇ ਚਮਚ ਸਰ੍ਹੋਂ ਦੇ ਤੇਲ ਦੇ ਪਾਏ ਹਨ। ਇਹ ਸਬਜ਼ੀ ਸਰ੍ਹੋਂ ਦੇ ਤੇਲ ਵਿੱਚ ਜ਼ਿਆਦਾ ਵਧੀਆ ਲੱਗਦੀ ਹੈ ਅਤੇ ਹੁਣ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ। ਤੇਲ ਹੁਣ ਗਰਮ ਹੋ ਗਿਆ ਅਤੇ ਇਹਦੇ ਵਿੱਚ ਆਪਾਂ ਕੱਟੇ ਹੋਏ ਆਲੂ ਪਾ ਦੇਵਾਂਗੇ। ਆਲੂ ਜਿਹੜੇ ਹਨ ਆਪਾਂ ਚੰਗੀ ਤਰ੍ਹਾਂ ਸੁਕਾ ਕੇ ਪਾਉਣੇ ਹਨ। ਇਹਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੋਣਾ ਚਾਹੀਦਾ। ਹੁਣ ਆਪਾਂ ਆਲੂਆਂ ਨੂੰ ਫਰਾਈ ਕਰ ਲਵਾਂਗੇ ਅਤੇ ਗੋਲਡਨ ਜਿਹਾ ਹੋਣ ਤੱਕ ਆਪਾਂ ਇਹਨਾਂ ਨੂੰ ਫਰਾਈ ਕਰਨਾ ਹੈ। ਫਲੇਮ ਨੂੰ ਆਪਾਂ ਇੱਥੇ ਮੀਡੀਅਮ ਰੱਖਾਂਗੇ। ਅਤੇ ਵਿੱਚ ਵਿੱਚ ਆਪਾਂ ਆਲੂਆਂ ਨੂੰ ਹਿਲਾਉਂਦੇ ਜਾਵਾਂਗੇ। ਆਲੂ ਜਿਹੜੇ ਹਨ ਆਪਾਂ ਲਾਈਟ ਸੇ ਗੋਲਡਨ ਹੋਣ ਤੱਕ ਫਰਾਈ ਕਰਨੇ ਹਨ। ਆਲੂ ਬਹੁਤ ਜਲਦੀ ਫਰਾਈ ਹੋ ਜਾਂਦੇ ਹਨ, ਬਹੁਤ ਜ਼ਰਾ ਟਾਈਮ ਨਹੀਂ ਲੱਗਦਾ ਅਤੇ ਇਸ ਤਰੀਕੇ ਨਾਲ ਸਬਜ਼ੀ ਬਹੁਤ ਜ਼ਰਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ। ਆਲੂਆਂ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ, ਤੁਸੀਂ ਦੇਖ ਸਕਦੇ ਹੋ। ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਲਾਈਟ 'ਚ ਗੋਲਡਨ ਹੋਣ ਤੱਕ ਫਰਾਈ ਕਰ ਲਵਾਂਗੇ ਅਤੇ ਹਰ ਪਾਸੇ 'ਤੇ ਆਪਾਂ ਆਲੂਆਂ ਦਾ ਸੇਮ ਕਲਰ ਗੋਲਡਨ 'ਚ ਕਰ ਲਵਾਂਗੇ ਅਤੇ ਇਹਨਾਂ ਨੂੰ ਉਲਟ ਪੁਲਟ ਕਰਦੇ ਹੋਏ ਆਪਾਂ ਫਰਾਈ ਕਰਨਾ ਹੈ। ਆਲੂ ਹੁਣ ਬਹੁਤ ਵਧੀਆ ਫਰਾਈ ਹੋ ਗਏ ਹਨ। ਇਹਨਾਂ ਦਾ ਕਲਰ ਜਿਹੜਾ ਬਹੁਤ ਹੀ ਵਧੀਆ ਲਾਈਟ 'ਚ ਗੋਲਡਨ ਹੋ ਗਿਆ ਹੈ ਅਤੇ ਆਲੂ ਹੁਣ ਅੰਦਰੋਂ ਸੌਫਟ ਵੀ ਹੋ ਗਏ ਹਨ। ਹੁਣ ਆਪਾਂ ਇਹਨਾਂ ਨੂੰ ਤੇਲ ਵਿੱਚੋਂ ਬਾਹਰ ਕੱਢ ਲਵਾਂਗੇ ਅਤੇ ਇਸ ਤਰੀਕੇ ਨਾਲ ਆਪਾਂ ਇੱਕ ਛਾਣਨੀ ਵਿੱਚ ਪਾਉਂਦੇ ਜਾਵਾਂਗੇ ਤਾਂ ਕਿ ਇਹਨਾਂ ਦਾ ਐਕਸਟਰਾ ਜਿਹੜਾ ਤੇਲ ਹੈ ਉਹ ਸਾਰਾ ਨੀਚੇ ਚਲਾ ਜਾਵੇ। ਅਤੇ ਗੈਸ ਦੀ ਫਲੇਮ ਆਪਾਂ ਬੰਦ ਕਰ ਦੇਵਾਂਗੇ। ਹੁਣ ਆਪਾਂ ਇਸ ਛਾਣਨ ਨੂੰ ਇਸ ਕੜਾਹੀ ਦੇ ਉੱਪਰ ਰੱਖ ਦੇਵਾਂਗੇ ਜਾਂ ਫਿਰ ਤੁਸੀਂ ਸਾਈਡ 'ਤੇ ਕਿਸੇ ਬਾਊਲ ਦੇ ਉੱਪਰ ਰੱਖ ਸਕਦੇ ਹੋ ਤਾਂ ਕਿ ਸਾਰਾ ਜਿਹੜਾ ਐਕਸਟਰਾ ਤੇਲ ਹੈ ਉਹ ਨੀਚੇ ਨਿਚੜ ਜਾਵੇ। ਹੁਣ ਮੈਂ ਉਸੇ ਕੜਾਹੀ ਵਿੱਚ ਤੜਕਾ ਲਗਾਵਾਂਗੀ ਅਤੇ ਵਾਧੂ ਤੇਲ ਮੈਂ ਇਹਦੇ ਵਿੱਚੋਂ ਕੱਢ ਲਿਆ ਹੈ ਅਤੇ ਇਹਦੇ ਵਿੱਚ ਆਪਾਂ ਸਿਰਫ 2 ਚਮਚ ਤੇਲ ਦੇ ਰੱਖੇ ਹਨ। ਤਾਂ ਹੁਣ ਆਪਾਂ ਤੇਲ ਨੂੰ ਗਰਮ ਕਰ ਲਿਆ ਹੈ। ਇਹਦੇ ਵਿੱਚ ਪਾਵਾਂਗੇ ਆਪਾਂ 1/2 ਚਮਚ ਜੀਰਾ, ਜਿਹਦੇ ਨੂੰ ਆਪਾਂ ਹਲਕਾ ਜਿਹਾ ਫਰਾਈ ਕਰ ਲਵਾਂਗੇ ਅਤੇ ਫਲੇਮ ਨੂੰ ਆਪਾਂ ਇੱਥੇ ਮੀਡੀਅਮ ਰੱਖਾਂਗੇ। ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਦਰਦਰਾ ਕੁੱਟਿਆ ਹੋਇਆ ਧਨੀਆ, ਇਹ ਆਪਾਂ 1 ਚਮਚ ਲਿਆ ਹੈ। ਇਹਦੇ ਨਾਲ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ, ਬਹੁਤ ਹੀ ਵਧੀਆ ਫਲੇਵਰਫੁੱਲ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ। ਅਤੇ 1 ਚਮਚ ਪਾਇਆ ਹੈ ਅਦਰਕ ਅਤੇ 1 ਚਮਚ ਆਪਾਂ ਲਸਣ ਕੱਟ ਕੇ ਪਾ ਦਿੱਤਾ ਹੈ ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਹਲਕਾ ਜਿਹਾ ਫਰਾਈ ਕਰ ਲਵਾਂਗੇ। ਅਦਰਕ ਲਸਣ ਨੂੰ ਮੈਂ ਹਲਕਾ ਜਿਹਾ ਲਾਈਟ ਜਿਹਾ ਗੋਲਡਨ ਹੋਣ ਤੱਕ ਫਰਾਈ ਕੀਤਾ ਹੈ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 2 ਮੀਡੀਅਮ ਸਾਈਜ਼ ਦੇ ਪਿਆਜ਼ ਵੀ ਕੱਟ ਕੇ ਲਏ ਹਨ, ਤਾਂ ਆਪਾਂ ਇਹਦੇ ਵਿੱਚ ਪਾ ਦਿੱਤੇ ਹਨ ਅਤੇ ਪਿਆਜ਼ ਵੀ ਆਪਾਂ ਜਿਹੜੇ ਹਨ ਗੋਲਡਨ ਜਿਹਾ ਹੋਣ ਤੱਕ ਫਰਾਈ ਕਰਨੇ ਹਨ। ਜਦੋਂ ਕਿਸੇ ਵੀ ਸੁੱਕੀ ਸਬਜ਼ੀ ਵਿੱਚ ਬਰੀਕ ਕੱਟ ਕੇ ਪਿਆਜ਼ ਪਾਏ ਜਾਂਦੇ ਹਨ ਸਬਜ਼ੀ ਬਹੁਤ ਵਧੀਆ ਮਸਾਲੇਦਾਰ ਬਣ ਕੇ ਤਿਆਰ ਹੁੰਦੀ ਹੈ। ਇਸ ਕਰਕੇ ਮੈਂ ਬਿਲਕੁਲ ਬਰੀਕ ਪਿਆਜ਼ ਕੱਟ ਕੇ ਯੂਜ਼ ਕੀਤੇ ਹਨ। ਪਿਆਜ਼ ਦਾ ਕਲਰ ਹੁਣ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ, ਪਿਆਜ਼ ਹਲਕਾ ਜਿਹਾ ਲਾਈਟ ਗੋਲਡਨ ਹੋ ਗਿਆ ਹੈ। ਹੁਣ ਆਪਾਂ ਇਹਦੇ ਵਿੱਚ ਕੁਝ ਮਸਾਲੇ ਪਾਵਾਂਗੇ। ਸਭ ਤੋਂ ਪਹਿਲਾਂ ਪਾਵਾਂਗੇ ਸਵਾਦ ਅਨੁਸਾਰ ਨਮਕ, ਚਮੇ ਦਾ 4th ਹਿੱਸਾ ਆਪਾਂ ਲਾਲ ਮਿਰਚ ਦਾ ਪਾਊਡਰ ਪਾਵਾਂਗੇ, 1/2 ਚਮਚ ਪਾਵਾਂਗੇ ਹਲਦੀ ਪਾਊਡਰ, 1/2 ਚਮਚ ਪਾਵਾਂਗੇ ਧਨੀਆ ਪਾਊਡਰ। ਅਤੇ ਹੁਣ ਆਪਾਂ ਇਹਨਾਂ ਸਾਰੇ ਮਸਾਲਿਆਂ ਨੂੰ ਸਿਰਫ 30 ਸੈਕਿੰਡ ਵਾਸਤੇ ਫਰਾਈ ਕਰਨਾ ਹੈ, ਬਹੁਤ ਜ਼ਿਆਦਾ ਫਰਾਈ ਨਹੀਂ ਕਰਨਾ। ਅਤੇ ਫਲੇਮ ਨੂੰ ਹਾਲੇ ਮੈਂ ਇੱਥੇ ਲੋਅ ਰੱਖਿਆ ਹੋਇਆ ਹੈ। ਮਸਾਲਿਆਂ ਨੂੰ ਹੁਣ ਮੈਂ ਹਲਕਾ ਜਿਹਾ ਫਰਾਈ ਕਰ ਲਿਆ ਹੈ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 2 ਟਮਾਟਰ ਦੀ ਪਿਊਰੀ। ਟਮਾਟਰ ਨੂੰ ਮੈਂ ਮਿਕਸੀ ਵਿੱਚ ਪੀਸ ਕੇ ਯੂਜ਼ ਕੀਤਾ ਹੈ। ਤੁਸੀਂ ਟਮਾਟਰਾਂ ਨੂੰ ਕੱਟ ਕੇ ਵੀ ਪਾ ਸਕਦੇ ਹੋ, ਪਰ ਇਸ ਤਰੀਕੇ ਨਾਲ ਸਬਜ਼ੀ ਜ਼ਰਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ। ਇਸ ਤਰੀਕੇ ਨਾਲ ਜਿਹੜੇ ਮਸਾਲੇ ਹੁੰਦੇ ਹਨ ਸਬਜ਼ੀ ਨਾਲ ਬਿਲਕੁਲ ਲਿਪਟ ਕੇ ਆਉਂਦੇ ਹਨ ਤਾਂ ਬਹੁਤ ਹੀ ਵਧੀਆ ਮਜ਼ੇਦਾਰ ਟੇਸਟੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ। ਅਤੇ ਟਮਾਟਰ ਦੀ ਪਿਊਰੀ ਪਾ ਕੇ ਆਪਾਂ ਫਲੇਮ ਨੂੰ ਹਾਈ ਕਰ ਦਿੱਤਾ ਹੈ ਅਤੇ ਹਾਈ ਫਲੇਮ 'ਤੇ ਆਪਾਂ 2 ਤੋਂ 3 ਮਿੰਟ ਇਸ ਤਰੀਕੇ ਨਾਲ ਪਕਾ ਲਵਾਂਗੇ। ਤੜਕਾ ਹੁਣ ਬਹੁਤ ਹੀ ਵਧੀਆ ਫਰਾਈ ਹੋ ਗਿਆ ਹੈ। ਤੜਕੇ ਨੇ ਤੇਲ ਛੱਡਣਾ ਸ਼ੁਰੂ ਕਰਤਾ ਹੈ, ਤੁਸੀਂ ਦੇਖ ਸਕਦੇ ਹੋ। ਇਸ ਟਾਈਮ 'ਤੇ ਆਪਾਂ ਇਹਦੇ ਵਿੱਚ ਆਲੂ ਫਰਾਈ ਕੀਤੇ ਹੋਏ ਪਾ ਦੇਵਾਂਗੇ।
ਅਤੇ ਆਲੂ ਮੈਂ ਫਰਾਈ ਕਰਕੇ ਉਦੋਂ ਦੇ ਛਾਣਨੀ ਵਿੱਚ ਪਾ ਕੇ ਰੱਖੇ ਹੋਏ ਸੀਗੇ। ਆਲੂਆਂ 'ਚ ਹੁਣ ਬਿਲਕੁਲ ਵੀ ਤੇਲ ਨਹੀਂ ਹੈਗਾ, ਸਾਰਾ ਜਿਹੜਾ ਤੇਲ ਸੀਗਾ ਉਹ ਨੀਚੇ ਨਿਚੜ ਚੁੱਕਿਆ ਹੈ। ਅਤੇ ਆਲੂ ਪਾ ਕੇ ਤੜਕੇ ਵਿੱਚ ਆਪਾਂ ਇਸ ਤਰ੍ਹਾਂ 1 ਮਿੰਟ ਇਹਨੂੰ ਹਿਲਾਵਾਂਗੇ, ਹਾਈ ਫਲੇਮ ਰੱਖਾਂਗੇ, ਹਾਈ ਫਲੇਮ 'ਤੇ ਆਪਾਂ 1 ਮਿੰਟ ਪਕਾ ਲਵਾਂਗੇ। ਅਤੇ ਹੁਣ ਆਪਾਂ ਇਹਦੇ ਵਿੱਚ ਸ਼ਿਮਲਾ ਮਿਰਚਾਂ ਕੱਟੀਆਂ ਹੋਈਆਂ ਪਾ ਦੇਵਾਂਗੇ। ਸ਼ਿਮਲਾ ਮਿਰਚਾਂ ਦੇ ਬੀਜ ਮੈਂ ਬਿਲਕੁਲ ਰਿਮੂਵ ਕੀਤੇ ਹੋਏ ਹਨ, ਬੀਜ ਦੇ ਵਿੱਚ ਬਿਲਕੁਲ ਨਹੀਂ ਰੱਖੇ। ਹੁਣ ਆਪਾਂ ਸ਼ਿਮਲਾ ਮਿਰਚਾਂ ਪਾ ਕੇ ਇਹਨੂੰ ਹਾਈ ਫਲੇਮ 'ਤੇ 2 ਮਿੰਟ ਇਸ ਤਰੀਕੇ ਨਾਲ ਪਹਿਲਾਂ ਪਕਾਵਾਂਗੇ, ਬਾਅਦ ਵਿੱਚ ਆਪਾਂ ਢੱਕ ਕੇ ਪਕਾਵਾਂਗੇ। ਅਤੇ ਸ਼ਿਮਲਾ ਮਿਰਚਾਂ ਜਿਹੜੀਆਂ ਮੈਂ ਲਈਆਂ ਸੀਗੀਆਂ ਬਹੁਤ ਹੀ ਛੋਟੀਆਂ ਸੀਗੀਆਂ ਅਤੇ ਨਾਲੇ ਬਹੁਤ ਹੀ ਪਤਲੀਆਂ ਸੀਗੀਆਂ, ਇੱਕਦਮ ਛੋਟੇ ਛੋਟੇ ਸ਼ਿਮਲਾ ਮਿਰਚਾਂ ਆਪਾਂ ਯੂਜ਼ ਕੀਤੀਆਂ ਹਨ। ਜਿਹੜੀਆਂ ਬਹੁਤ ਜ਼ਿਆਦਾ ਵੱਡੀਆਂ ਮਿਰਚਾਂ ਹੁੰਦੀਆਂ ਹਨ ਅਤੇ ਬਹੁਤ ਜ਼ਿਆਦਾ ਪੱਕੀਆਂ ਹੋਈਆਂ ਹੁੰਦੀਆਂ ਹਨ, ਉਹਨਾਂ ਦੀ ਚਮੜੀ ਬਹੁਤ ਜ਼ਿਆਦਾ ਹਾਰਡ ਹੁੰਦੀ ਹੈ, ਉਹ ਸਬਜ਼ੀ ਜ਼ਿਆਦਾ ਸਵਾਦ ਨਹੀਂ ਬਣਦੀ। ਇਹ ਜਿਹੜੀ ਸ਼ਿਮਲਾ ਮਿਰਚ ਹੈ ਕਾਫੀ ਪਤਲੀ ਹੈ, ਇਹ ਮੈਂ ਯੂਜ਼ ਕੀਤੀ ਹੈ ਇਸ ਸਬਜ਼ੀ ਲਈ, ਬਹੁਤ ਜ਼ਿਆਦਾ ਟੇਸਟੀ ਸਬਜ਼ੀ ਬਣ ਕੇ ਤਿਆਰ ਹੋਏਗੀ ਅਤੇ ਬਹੁਤ ਜਲਦੀ ਇਹ ਸਬਜ਼ੀ ਬਣ ਜਾਂਦੀ ਹੈ ਇਸ ਤਰੀਕੇ ਦੇ ਨਾਲ। ਅਤੇ ਸ਼ਿਮਲਾ ਮਿਰਚਾਂ ਪਾ ਕੇ ਆਪਾਂ 2 ਮਿੰਟ ਜਿਹੜਾ ਹੈ ਹਾਈ ਫਲੇਮ 'ਤੇ ਇਸ ਤਰੀਕੇ ਨਾਲ ਪਕਾਇਆ ਹੈ ਆਲੂਆਂ ਦੇ ਨਾਲ। ਅਤੇ ਹੁਣ ਆਪਾਂ ਫਲੇਮ ਨੂੰ ਲੋਅ ਟੂ ਮੀਡੀਅਮ ਕਰ ਦੇਵਾਂਗੇ ਅਤੇ ਹੁਣ ਆਪਾਂ ਸਬਜ਼ੀ ਨੂੰ 5 ਮਿੰਟ ਢੱਕ ਕੇ ਪਕਾਵਾਂਗੇ, ਇਸ ਤਰੀਕੇ ਨਾਲ ਸਬਜ਼ੀ ਥੋੜ੍ਹੀ ਸੌਫਟ ਹੋ ਜਾਏਗੀ। ਹੁਣ 5 ਮਿੰਟ ਹੋ ਚੁੱਕੇ ਹਨ, ਸਬਜ਼ੀ ਨੂੰ ਇੱਕ ਵਾਰ ਮੈਂ ਵਿੱਚ ਵੀ ਹਿਲਾ ਦਿੱਤਾ ਸੀਗਾ, ਹੁਣ ਆਪਾਂ ਦੇਖਦੇ ਹਾਂ ਸਬਜ਼ੀ ਆਪਣੀ ਕਿਸ ਤਰ੍ਹਾਂ ਦੀ ਬਣੀ ਹੈ। ਤੁਸੀਂ ਦੇਖ ਸਕਦੇ ਹੋ ਸਬਜ਼ੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ, ਕਿਉਂਕਿ ਆਲੂ ਆਪਾਂ ਫਰਾਈ ਕੀਤੇ ਪਾਏ ਸੀਗੇ। ਜਿਹੜੇ ਸ਼ਿਮਲਾ ਮਿਰਚਾਂ ਯੂਜ਼ ਕੀਤੇ ਹਨ ਬਹੁਤ ਹੀ ਪਤਲੀਆਂ ਹਨ, ਬਹੁਤ ਜਲਦੀ ਇਹ ਬਣ ਕੇ ਤਿਆਰ ਹੋ ਜਾਂਦੇ ਹਨ, ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਇਹਨਾਂ ਨੂੰ। ਹੁਣ ਆਪਾਂ ਇਹਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਇੰਗਰੀਡੈਂਟ ਪਾਵਾਂਗੇ, ਉਹ ਹੈ ਆਮਚੂਰ ਦਾ ਪਾਊਡਰ। ਇਹ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਇਹਦੇ ਨਾਲ ਸਬਜ਼ੀ ਬਹੁਤ ਵਧੀਆ ਚਟਪਟੀ ਬਣ ਕੇ ਤਿਆਰ ਹੁੰਦੀ ਹੈ। 1/2 ਚਮਚ ਮੈਂ ਆਮਚੂਰ ਦਾ ਪਾਊਡਰ ਪਾਇਆ ਹੈ, 1/4 ਚਮਚ ਹਿੱਸਾ ਪਾਇਆ ਹੈ ਗਰਮ ਮਸਾਲਾ, ਥੋੜ੍ਹਾ ਜਿਹਾ ਮੈਂ ਬਰੀਕ ਕੱਟ ਕੇ ਹਰਾ ਧਨੀਆ ਪਾ ਦਿੱਤਾ ਹੈ। ਹੁਣ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਵਾਂਗੇ। ਆਮਚੂਰ ਦਾ ਪਾਊਡਰ ਪਾਉਣ ਨਾਲ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਚਟਪਟੀ ਬਣ ਕੇ ਤਿਆਰ ਹੁੰਦੀ ਹੈ, ਬਹੁਤ ਜ਼ਿਆਦਾ ਮਜ਼ੇਦਾਰ ਸਬਜ਼ੀ ਬਣਦੀ ਹੈ। ਤੁਸੀਂ ਆਮਚੂਰ ਪਾਊਡਰ ਇਹਦੇ ਵਿੱਚ ਜ਼ਰੂਰ ਪਾਇਓ ਅਤੇ ਆਮਚੂਰ ਪਾਊਡਰ ਪਾਉਣ ਨਾਲ ਸਬਜ਼ੀ ਦਾ ਸਵਾਦ ਦੁੱਗਣਾ ਹੋ ਜਾਂਦਾ ਹੈ। ਜੇ ਤੁਸੀਂ ਆਮਚੂਰ ਨਹੀਂ ਪਾਓਗੇ ਤੁਹਾਡੀ ਸਬਜ਼ੀ ਦਾ ਸਵਾਦ ਜਿਹੜਾ ਹੈ ਉਹ ਅਧੂਰਾ ਹੀ ਰਹਿ ਜਾਏਗਾ। ਇਹ ਬਹੁਤ ਜ਼ਿਆਦਾ ਜ਼ਰੂਰੀ ਇੰਗਰੀਡੈਂਟ ਹੈ ਇਸ ਸਬਜ਼ੀ ਦੇ ਵਿੱਚ। ਹੁਣ ਆਪਾਂ ਗੈਸ ਦੀ ਫਲੇਮ ਬੰਦ ਕਰ ਦੇਵਾਂਗੇ। ਤੁਸੀਂ ਦੇਖ ਸਕਦੇ ਹੋ ਸਬਜ਼ੀ ਕਿੰਨੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਹੈ, ਬਹੁਤ ਜ਼ਿਆਦਾ ਮਜ਼ੇਦਾਰ ਸਬਜ਼ੀ ਬਣੀ ਹੈ, ਜਿੰਨੀ ਦੇਖਣ 'ਚ ਵਧੀਆ ਹੈ ਖਾਣ 'ਚ ਉਸ ਤੋਂ ਜ਼ਿਆਦਾ ਟੇਸਟੀ ਹੈ। ਹੁਣ ਆਪਾਂ ਇਹ ਸਬਜ਼ੀ ਨੂੰ ਪਲੇਟ ਵਿੱਚ ਸਰਵ ਕਰਾਂਗੇ। ਗਰਮਾ ਗਰਮ ਆਲੂ ਸ਼ਿਮਲਾ ਮਿਰਚੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ, ਬਹੁਤ ਜ਼ਿਆਦਾ ਵਧੀਆ, ਬਹੁਤ ਜ਼ਿਆਦਾ ਟੇਸਟੀ ਮਸਾਲੇਦਾਰ ਸਬਜ਼ੀ ਬਣ ਕੇ ਤਿਆਰ ਹੋਈ ਹੈ, ਇੱਕਦਮ ਚਟਪਟੀ ਸਾਡੀ ਸਬਜ਼ੀ ਬਣੀ ਹੈ। ਇਸ ਸਬਜ਼ੀ ਨੂੰ ਤੁਸੀਂ ਰੋਟੀ, ਪਰਾਂਠੇ, ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ, ਬਹੁਤ ਜ਼ਿਆਦਾ ਮਜ਼ੇਦਾਰ ਲੱਗਦੀ ਹੈ। ਜੇ ਤੁਸੀਂ ਇੱਕ ਵਾਰ ਮੇਰੇ ਤਰੀਕੇ ਨਾਲ ਸਬਜ਼ੀ ਬਣਾ ਲਈ, ਹਮੇਸ਼ਾ ਇਸੇ ਤਰ੍ਹਾਂ ਹੀ ਬਣਾਓਗੇ, ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿਸ ਤਰ੍ਹਾਂ ਲੱਗੀ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ ਅਤੇ ਮੇਰੇ ਚੈਨਲ ਯਮ ਤੜਕਾ ਪੰਜਾਬੀ ਕੁਕਿੰਗ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਤਾਂ ਫਿਰ ਮਿਲਦੇ ਹਾਂ ਕਿਸੇ ਇਸ ਤਰ੍ਹਾਂ ਦੀ ਹੋਰ ਟੇਸਟੀ ਅਤੇ ਡਿਲੀਸ਼ੀਅਸ ਰੈਸਪੀ ਦੇ ਨਾਲ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।